पांच साल हो गए सत्त वो कोठे ते ही रहिंदा जी कितें थले नहीं उतरदा जदों उतरना उन्हें गड्डी च लैनी आ बाहर जाना मोगे पता नहीं अद्धे घंटे च की लैके मुड़े आउंदा फायर तो आने जी धूफ रात फायर तो 100-200-300 घट्टो घट जी 100 तो उत्ते आ बजुर्गों की जगह पीरां की जिन्हों असं मनते सदिया तो उन्होंने जगह 250 3-4 साल तो अपसर चलता कुत्तिया दनत मनौतियां तुम देखी साढ़े ना तलक खत्म से कोई रिश्तेदार नहीं पढ़न दिता वो घरे किसी नहीं किसी पैसे नहीं पढ़ने मोगा के पिंड खोसा पांडो विच देर रात गुरविंदर नाम के एक लड़के ने पुलिस पार्टी से ताबड़ तोड़ गोलियां चलानी शुरू कर दित्तियां जिस विच एक पुलिस कांस्टेबल की मौत हो गई CIA इंचार्ज तरलोचन सिंह एक कांस्टेबल जख्मी हालत विच हैं मौके ते पुलिस फोर्स अते स्पेशल ऑपरेशन कमांडर पंजाब श्री राकेश चंद्रा भी अपनी टीम के नाल मौके ते पहुंचे पुलिस ने भी अपने बचाव विच फायरिंग की आरोपी बुजुर्ग अपनी मां नूं ढाल बना के उत्थों भज्जन विच सफल होया कल की गल हुई चाचे दे तूड़ी वाले कमरे नूं क्यों अग लगाई वीर जी ओ जाने दा काम जाने कौन जाने बंदे ओ नहीं आ लैट मत लग गई अच्छा आपां नहीं बंदी तो जी ठीक है तूड़ियां नूं अग लाउण दा कोई फायदा नहीं ਹੁਣ ਤੇਰੇ ਟੋਟਲ ਕਿੰਨੀਆਂ ਗੋਲੀਆਂ ਵੱਜੀਆਂ ਜਿਹੜੇ ਪਤਾ ਨਹੀਂ ਚੈੱਕ ਕਰਨ ਲੱਗਿਆ ਐਕਸਰੇ ਲੱਗ ਗਿਆ ਸਿਰ ਬਹੁਤ ਦਰਦ ਹੋਈ ਜਾਂਦੇ ਆ ਬਿਨਾਂ ਗੱਲ ਤੋਂ ਗੋਲੀਆਂ ਮਿਲ ਗਈਆਂ ਸੌ ਕਹਿੰਦਾ ਇਹਦਾ ਪੁੱਛ ਘਰ ਸਾਰਾ ਬਰਬਾਦ ਕਰਤਾ ਤੇ ਕੱਲ ਭੈਣਾਂ ਨੂੰ ਕਿਉਂ ਕੁੱਟਿਆ ਸੀ ਤੇ ਪਿਓ ਨੂੰ ਕਿਉਂ ਕੁੱਟਿਆ ਕੁੱਟਿਆ ਲੋਹੇ ਦੀ ਰਾੜਾ ਨਾਲ ਚਲੋ ਗੋਲ ਕੇ ਲਿਆ ਇੱਥੇ ਮਿੰਟ ਦਾ ਜੀ 5 ਮਿੰਟ ਨਾ ਬੋਲੀ ਸਰ ਸਾਨੂੰ ਕੁਛ ਨਹੀਂ ਪਤਾ ਸੀ ਸੁਬਾਹ ਆਏ ਆ ਜੀ ਬਸ ਤੁਸੀਂ ਹਾਲਤ ਦੇਖ ਹੀ ਆਏ ਆ ਕੋਠੇ ਤੇ ਜਿੱਦਾਂ ਰਹਿੰਦਾ ਸੀ ਪਾਗਲਾਂ ਵਾਂਗੂ ਉਹ ਬਸ ਇਦਾਂ ਹੀ ਰਹਿੰਦਾ ਸੀਗਾ ਕਿਸੇ ਨਾਲ ਬੋਲਦਾ ਚੱਲਦਾ ਨਹੀਂ ਉੱਪਰ ਹੀ ਰਹਿੰਦਾ ਸੀਗਾ ਹਾਂਜੀ ਫਾਇਰਿੰਗ ਕਿਉਂ ਕੀਤੀ ਜੀ ਪੁਲਿਸ ਸਾਨੂੰ ਇਸ ਬਾਰੇ ਸਰ ਕੁਛ ਪਤਾ ਹੀ ਨਹੀਂਗਾ ਜਦੋਂ ਅਸੀਂ ਤੁਹਾਨੂੰ ਕੀ ਦੱਸ ਸਕਦੇ ਆ ਤੁਸੀਂ ਮੁਲਾਜ਼ਮਾਂ ਨੂੰ ਪੁੱਛੋ ਨਾ ਜਿਹੜੇ ਆਏ ਆ ਕੀ ਹੋਇਆ ਇੱਥੇ ਕੀ ਜਦੋਂ ਅਸੀਂ ਤਾਂ ਹੁਣ ਆਏ ਉਹਨਾਂ ਨੇ ਸਾਡੇ ਬਿਆਨ ਲੈਣੇ ਸੀ ਅਸੀਂ ਆ ਗਏ ਆ ਸਾਨੂੰ ਤਾਂ ਇਹ ਨਹੀਂ ਪਤਾ ਉਹਦੇ ਕਿੰਨੀ ਵੱਜੀ ਉਹਦੇ ਖੁਦ ਦੇ ਵੀ ਗੋਲੀ ਵੱਜੀ ਵੀ ਆ ਕਿੰਨੇ ਮੁਲਾਜ਼ਮਾਂ ਦੀ ਮੌਤ ਹੋਈ ਸਾਨੂੰ ਇਸ ਬਾਰੇ ਅਜੇ ਕੁਛ ਨਹੀਂ ਪਤਾ ਬਸ ਅਸੀਂ ਸਿਰਫ ਇੰਨਾ ਤੁਹਾਨੂੰ ਦੱਸ ਸਕਦੇ ਹਾਂ ਕਿ ਪਰੇਸ਼ਾਨ ਕਿਉਂ ਸੀਗਾ ਇਹ ਕਿਉਂ ਹੋਇਆ ਬਸ ਸੋਹਣੇ ਉਹ ਬਜ਼ੁਰਗਾਂ ਦੀ ਜਗ੍ਹਾ ਪੀਰਾਂ ਦੀ ਜਿਨ੍ਹਾਂ ਨੂੰ ਅਸੀਂ ਮੰਨਦੇ ਸੀ ਸਦੀਆਂ ਤੋਂ ਉਹਨਾਂ ਦੀ ਜਗ੍ਹਾ 250 ਉਹ 3-4 ਸਾਲ ਤੋਂ ਅਪਸੈਟ ਹੀ ਚੱਲਦਾ ਸੀਗਾ ਕੁੱਤਿਆਂ ਦੀਆਂ ਮਨਤ ਮਨੌਤੀਆਂ ਤੁਸੀਂ ਦੇਖੀ ਆਏ ਆ ਕਿ ਕਦੋਂ 250 ਸੀ ਜਗ੍ਹਾ ਇਹ 3-4 ਸਾਲ ਪਹਿਲਾਂ 250 ਉਸ ਤੋਂ ਬਾਅਦ ਹੀ ਥੋੜਾ ਜਿਹਾ ਪਰੇਸ਼ਾਨ ਹਾਂਜੀ ਹਾਂਜੀ ਤੇ ਕੋਈ ਮੈਡੀਸਨ ਵਗੈਰਾ ਵੀ ਚਲਦੀ ਸੀ ਸਾਨੂੰ ਸਰ ਨਹੀਂ ਪਤਾ ਕੁਛ ਵੀ ਉਹ ਖਾਂਦਾ ਸੀ ਜਾਂ ਨਹੀਂ ਖਾਂਦਾ ਸੀ ਸਾਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਸਾਨੂੰ ਇੱਥੋਂ ਤੱਕ ਵੀ ਨਹੀਂ ਪਤਾ ਵੀ ਉਹ ਰੋਟੀ ਖਾਂਦਾ ਸੀ ਕੀ ਖਾਂਦਾ ਸੀ ਕੋਠੇ ਤੇ ਕੀ ਕਰਦਾ ਸੀ ਕੀ ਨਹੀਂ ਕਰਦਾ ਸੀ ਸਾਡੇ ਨਾਲ ਉਹਦਾ ਤਲਕ ਖਤਮ ਸੀ ਕੋਈ ਰਿਸ਼ਤੇਦਾਰ ਨੂੰ ਨਹੀਂ ਸੀ ਵੜਨ ਦਿੰਦਾ ਉਹ ਘਰੇ ਕਿਸੇ ਨੂੰ ਨਹੀਂ ਸੀ ਕਿਸੇ ਪੈਸੇ ਨੂੰ ਨਹੀਂ ਸੀ ਵੜਨ ਦਿੰਦਾ ਤੇ ਤੁਹਾਡੇ ਫਾਦਰ ਨੂੰ ਭੈਣ ਨੂੰ ਵੀ ਘਰੋਂ ਕੱਢਿਆ ਸੀਗਾ ਹਾਂਜੀ ਕੱਲ ਸ਼ਾਮੀ ਕੱਢਿਆ ਇਹਨਾਂ ਨੂੰ ਜਿਹਨੇ ਕੁੱਟ ਮਾਰ ਕੇ ਇਹਨਾਂ ਤੋਂ ਅਸਲਾ ਖੋਇਆ ਇਹਨਾਂ ਤੇ ਉਹਨਾਂ ਨੇ ਦੱਸਿਆ ਵੀ ਕਿਉਂ ਕੁੱਟਿਆ ਬਸ ਉਹਨਾਂ ਤੋਂ ਉਹਨਾਂ ਦੇ ਅਸਲੇ ਦੀ ਮੰਗ ਕਰਦਾ ਸੀ ਉਹਦਾ ਖੁਦ ਦਾ ਅਸਲਾ ਜਮ੍ਹਾਂ ਕਰਾਇਆ ਹੋਇਆ ਵਾ ਤੇ ਉਹ ਇਹਨਾਂ ਤੋਂ ਮੇਰੇ ਫਾਦਰ ਦੀ ਰਫਲ ਉਹਨੇ ਖੋਹ ਕੇ ਉਹਦੇ ਨਾਲ ਜੋ ਕੀਤਾ ਰਾਤ ਉਹਨੇ ਉਹ ਮੈਨੂੰ ਨਹੀਂ ਪਤਾ ਉਸ ਰਫਲ ਨਾਲ ਕੀਤਾ ਜਾਂ ਹੋਰ ਨਾਲ ਕੀਤਾ ਇਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ ਪਰ ਮੇਰੇ ਫਾਦਰ ਦੇ ਉਹਨੇ ਰਾਤਾਂ ਵਗੈਰਾ ਮਾਰੀਆਂ ਮੇਰੇ ਫਾਦਰ ਦੇ ਸੱਟਾਂ ਲੱਗੀਆਂ ਹੋਈਆਂ ਨੇ ਤੇ ਉਹ ਕੁੜੀਆਂ ਨੂੰ ਲੈ ਕੇ ਘਰੋਂ ਚਲੇ ਉਹ ਕਿੱਥੇ ਨੇ ਫਾਦਰ ਤੁਹਾਡੇ ਫਾਦਰ ਮੇਰੇ ਇਸ ਵਕਤ ਇਸ ਸਾਲ ਲੈ ਕੇ ਗਏ ਰਾਤੀ ਉਹਨਾਂ ਨੇ ਮੇਰੀ ਭੂਆ ਜੀ ਕੋਲੇ ਕੱਟਿਆ ਰਾਤੀ ਜੀ ਇਹਨੇ ਮੁੰਡੇ ਨੇ ਪਹਿਲਾਂ ਆਪਦੇ ਪਿਓ ਨੂੰ ਕੁੱਟਿਆ ਤੇ ਕੁੜੀਆਂ ਨੂੰ ਕੁੱਟ ਕੇ ਤੇ ਘਰੋਂ ਕੱਢਤਾ ਤੇ ਬੰਦੂਕ ਖੋਲੀ ਪਿਓ ਦੀ ਉਦੋਂ ਬਾਅਦ ਮੇਰੇ ਤੂੜੀ ਵਾਲੇ ਕੋਠੇ ਨੂੰ ਅੱਗ ਲਾਤੀ ਤੇ ਜਦੋਂ ਮੁੜ ਕੇ ਅੱਗ ਲੱਗੀ ਤਾਂ ਸਾਨੂੰ ਉਹ ਗੁਆਂਢੀਆਂ ਨੇ ਫੋਨ ਕੀਤਾ ਵੀ ਤੁਹਾਡਾ ਤੂੜੀ ਵਾਲਾ ਕੋਠਾ ਸੜੀ ਜਾਂਦਾ ਅਤੇ ਅਸੀਂ ਪਿੰਡੋਂ ਫਿਰ ਬੰਦੇ 100-150 ਲੋਕ ਆਏ ਬਾਬਿਆਂ ਦੀਆਂ ਗੱਡੀਆਂ ਆਈਆਂ ਪੈਰ ਵਗੇੜਾ ਹਜੇ ਵੀ ਖੜ੍ਹੀ ਆ ਉੱਥੇ ਅਤੇ ਉਹਨਾਂ ਨੇ ਆਣ ਕੇ ਅੱਗ ਬੁਝਾਈ ਅਸੀਂ ਥਾਣਾ ਸਦਰ ਨੂੰ ਸੂਚਿਤ ਕੀਤਾ ਜੀ ਉੱਥੋਂ ਬੂਟਾ ਸਿੰਘ SI ਅਤੇ ਮੁਲਾਜ਼ਮ ਕਾਂਸਟੇਬਲ ਆਏ ਉਹਨਾਂ ਨੂੰ ਇਹਨੇ ਗਾਲੀ ਗਲੋਚ ਕੀਤਾ ਅਤੇ ਬੰਦੂਕ ਕੱਢ ਲਈ ਉਦੋਂ ਬਾਅਦ ਉਹਨਾਂ ਉਹ ਦੋ ਜਾਣੇ ਕਰਕੇ ਉਹ ਵਾਪਸ ਚਲੇ ਗਏ ਜੀ ਉਦੋਂ ਬਾਅਦ SHO ਸਾਹਿਬ ਆਏ ਥਾਣਾ ਸਦਰ ਤੋਂ
तो उन्होंने फोर्स लिया के बाहरों बहुत वो मेहनत शिकायत की भी निकलिया तो नहीं निकलिया जी तो हमने बाहर खड़े ने पुलिस से फैर मारते जिद दो पुलिस वाले एक तो मर गया जी तो एक बहुत ज्यादा फैर वजा वे एक इंस्पैक्टर ने भी है जी सी एस स्टाफ वाले दे फैर वजा तो दो होर मुलाजमान के मुड़ के मार गया जी पंजा फैर ला गया रौला की सीगे तो डिनर कोई रौला नहीं गया जी जमा ही कोई रौला नहीं गया जी वो बंदा गलत है जी वो बाहर अंदर मंडीर ना रहिंदा कोई गैंग स्टार ना रलिया पता नहीं किसे ना रलिया उहदा प्यो नूं भी पुछ लो उहनां नूं किसे नूं कोई नहीं पता पंज साल हो गए सत्त वो कोठे ते ही रहिंदा जी कितें थले नहीं उतरदा जदों उतरना उहनें गड्डी 'च लैणी आ बाहर जाणा मोगिओं पता नहीं अद्धे घंटे 'च की लै के मुड़े आउंदा फिर कोठे ते चढ़ जांदा प्यो नूं नहीं दवानी दिंदा वो भुखे मरदे आ सारा टब्बर तुहाडे नाल कदी लड़ाई सी कोई लड़ाई नहीं जी सानूं तां मारना सीगा जी कोई नशे वगैरह कोई इहो जी चीज़ भी लैंदा कोई भाई करदा होऊगा जी जिहड़ा रोज़ जांदा करदा होऊ लाजमी करदा होऊगा जी ਤੁਸੀਂ ਕਦੇ ਸ਼ਿਕਾਇਤ ਦਿੱਤੀ ਸੀ ਅਸੀਂ ਜੀ ਤੂੜੀ ਨੂੰ ਅੱਗ ਲੱਗੀ ਉੱਥੇ ਦੇਖ ਲਓ ਜਾ ਕੇ ਤੁਹਾਡਾ ਕੀ ਲੱਗਦਾ ਸੀ ਮੇਰਾ ਸਕਾ ਭਤੀਜਾ ਜੀ ਬਸ ਉਹ ਐਂ ਨਹੀਂ ਇਕੱਲਾ ਮੇਰੇ ਨਾਲ ਹੀ ਆ ਸਾਡੇ ਆਂਢ ਗੁਆਂਢ ਹੋਰਨਾਂ ਨੂੰ ਵੀ ਕਹਿੰਦਾ ਸਾਰੇ ਪਿੰਡ ਨੂੰ ਮਾਰ ਦੇਣਾ ਬਸ ਆਹੀ ਕਹਿੰਦਾ ਜੀ ਸਾਰਾ ਪਿੰਡ ਮਾਰਨਾ ਆਉਂਦਾ ਮੈਂ ਆਪਦੀ ਪਤੀ ਦਾ ਅੱਛਾ ਅਸਲਾ ਕਿੱਥੋਂ ਲਿਆ ਜਾਂਦਾ ਆਪਦਾ ਸੀ ਅਸਲਾ ਇੱਕ ਤਾਂ ਉਹਦੇ ਪਿਓ ਦੀ ਬੰਦੂਕ ਖੋਲੀ ਜੀ ਇਹਨੇ ਰਾੜ ਮਾਰ ਕੇ ਉਹਦੇ ਉਹ ਲੱਤ ਸੁੱਜੀ ਪਈ ਆ ਤੇ ਇੱਕ ਇਹਦੇ ਕੋਲੇ ਕੋਈ ਨਜਾਇਜ਼ ਆ ਜੀ ਸਾਨੂੰ ਨਹੀਂ ਪਤਾ ਕਿਹੜਾ ਸੀਗਾ ਪਤਾ ਨਹੀਂ ਜੀ ਕਿਹੜਾ ਪੱਕਾ ਅਸਲਾ ਹੈ ਕੋਈ ਮੁਲਾਜ਼ਮਾਂ ਨੇ ਉਹਦੇ ਖੋਖੇ ਖਾਕੇ ਚੱਕੇ ਸਾਨੂੰ ਨਹੀਂ ਪਤਾ ਜੀ ਫਾਇਰ ਕਿੰਨੇ ਕੁ ਕਰੇ ਜੀ ਫਾਇਰ ਤਾਂ ਹੋਣੀ ਜੀ ਧੂਬ ਰਾਤੀ ਫਾਇਰ ਤਾਂ 100 200 300 ਘੱਟੋ ਘੱਟ ਜੀ 100 ਤੋਂ ਉੱਤੇ ਆ ਜਾਣਕਾਰੀ ਸਰ ਇਹ ਇੱਕ ਸੀਗਾ 35 ਸਾਲਾਂ ਦਾ ਯੁਵਕ ਸੀਗਾ ਜਿਹਦੀ ਆਪਣੇ ਚਾਚੇ ਨੇ ਮਤਲਬ ਕੋਈ ਤਕਰਾਰਬਾਜ਼ੀ 'ਚ ਉਹਦੇ ਕੋਠੇ ਨੂੰ ਉਹਨੂੰ ਪੂੜੀ ਵਾਲੇ ਨੂੰ ਅੱਗ ਲਾ ਦਿੱਤੀ ਸੀ ਉਹਦੀ ਰਿਪੋਰਟ 'ਤੇ ਜਿਹੜਾ ਹੈਗਾ ਥਾਣੇ ਸਦਰ ਤੋਂ ਇੱਥੇ ਫੋਰਸ ਆਈ ਸੀਗੀ ਮੋਗੇ ਤੋਂ ਔਰ ਉਹਨਾਂ ਨੇ ਜਦੋਂ ਇੱਥੇ ਆਏ ਤਾਂ ਉਹਨਾਂ ਦੇ ਨਾਲ ਵੀ ਗੋਲੀ ਗਾਲੀ ਗਲੋਚ ਕੀਤਾ ਫਿਰ ਉਹ ਵਾਪਸ ਜਾ ਕੇ ਅਤੇ SHO ਆਪ SHO ਸਦਰ ਮੋਗਾ ਵੀ ਇੱਥੇ ਆਏ ਅਤੇ ਉਹਨਾਂ 'ਤੇ ਵੀ ਉਹਨੇ ਫਾਇਰਿੰਗ ਕੀਤੀ ਉਹਦੇ ਬਾਪ ਦੀ ਬੰਦੂਕ ਸੀਗੀ ਅਤੇ ਜਦੋਂ ਉਹਦੀ ਫਾਇਰਿੰਗ ਕੀਤੀ ਫਿਰ SPD ਮੋਗਾ ਅਤੇ DSP ਸਿਟੀ ਮੋਗਾ ਇਹਨਾਂ ਨੇ ਵੀ ਇੱਥੇ ਆਪਦੀ ਫੋਰਸ ਨਾਲ ਆ ਕੇ ਇਹਨੂੰ ਕੌਡਨ ਆਫ ਕੀਤਾ ਤਾਂ ਕਿ ਇਹਨੂੰ ਕਿਸੇ ਢੰਗ ਦੇ ਨਾਲ ਬਾਹਰ ਕੱਢ ਲਿਆ ਜਾਵੇ ਕਿਉਂਕਿ ਮਤਲਬ ਜਿਹੜੀ ਹੈ ਕੰਟੀਨਿਊਸਲੀ ਫਾਇਰਿੰਗ ਕਰੀ ਜਾ ਰਿਹਾ ਸੀਗਾ ਔਰ ਇਹਨੇ ਜਦੋਂ ਇਹ ਸਾਰੀ ਵਾਰਤਾਲਾਪ ਚੱਲ ਰਹੀ ਸੀ ਇੰਸਪੈਕਟਰ CIA ਨੇ ਵੀ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨੇ ਜਿਹੜਾ ਇੰਸਪੈਕਟਰ CIA ਦੇ ਨਾਲ ਉਹਦਾ ਗਨਮੈਨ ਸੀਗਾ ਉਹ ਸਾਡੇ ਕਾਂਸਟੇਬਲ ਦੇ ਇਹਨੇ ਸਿੱਧਾ ਫਾਇਰ ਕੀਤਾ ਜਿਹੜਾ ਉਹਦੇ ਮਤਲਬ ਛਾਤੀ 'ਚ ਲੱਗਾ ਅਤੇ ਉਹ ਮੁੰਡੇ ਦੀ ਡੈਥ ਹੋ ਗਈ ਹੁਣ ਇਹ ਬੰਦਾ ਜਿਹੜਾ ਸਕਾਉਂਡਿੰਗ ਆ ਇਹਦੇ ਨਾਲ ਇਹਦੀ 65 ਸਾਲ ਦੀ ਮਾਂ ਵੀ ਆ ਜਿਹਨੂੰ ਇਹ ਐਸਾ ਸ਼ੀਲਡ ਯੂਜ਼ ਕਰਕੇ ਇੱਥੋਂ ਭੱਜਾ ਅਤੇ ਬਾਕੀ ਅਸੀਂ ਪੁਲਿਸ ਪਾਰਟੀਸ ਬਣਾ ਕੇ ਜਿਹੜਾ ਹੈਗਾ ਵਾ ਉਹ ਰੇਡ ਕਰ ਰਹੇ ਹਾਂ ਇਹਦਾ ਪਿੱਛਾ ਕਰ ਰਹੇ ਹਾਂ ਅਤੇ ਇਹਨੂੰ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਦੀ ਘਟਨਾ ਜੀ ਇਹ ਕੋਈ ਰਾਤ ਜਿਹੜਾ ਹੈਗਾ ਵਾ ਅਪਰੋਕਸੀਮੇਟਲੀ 9 to 10 ਦੇ ਦਰਮਿਆਨ ਹੋਈ ਸਰ ਜ਼ਖਮੀ ਕਿੰਨੇ ਹੋਏ ਨੇ ਜੀ ਇਹਦੇ ਵਿੱਚ ਜ਼ਖਮੀ ਇੱਕ ਸਾਡਾ ਇੰਸਪੈਕਟਰ CIA ਜ਼ਖਮੀ ਇੱਕ ਹੋਰ ਕਾਂਸਟੇਬਲ ਜ਼ਖਮੀ ਅਤੇ ਦੇ ਆਰ ਆਊਟ ਆਫ ਡੇਂਜਰ ਉਹ DFC ਲੁਧਿਆਣੇ ਉਹਨਾਂ ਨੂੰ ਰੈਫਰ ਕੀਤਾ ਅਤੇ ਸਰ ਮੌਤ ਕਿੰਨੇ ਦੀ ਹੋਈ ਇੱਕ ਮੁੰਡੇ ਦੀ ਡੈਥ ਹੋਈ ਕੀ ਨਾਮ ਕੀ ਹੈ ਸਰ ਉਹਨਾਂ ਜਗਮੋਹਨ ਸਿੰਘ ਸਰ ਕਿਸ ਰੈਂਕ ਦਾ ਸੀਗਾ ਸਰ ਉਹ ਕਾਂਸਟੇਬਲ ਸੀਗਾ ਅਤੇ ਸਰ ਕੀ ਕਾਰਵਾਈ ਹੁਣ ਅਸੀਂ ਇਹਦੇ 'ਤੇ ਪਰਚਾ ਜਿਹੜਾ ਹੈਗਾ ਵਾ 302 ਦਾ ਮਰਡਰ ਦਾ ਜਿਹੜਾ ਹੈਗਾ ਵਾ ਉਹ ਪਰਚਾ ਦੇਵਾਂਗੇ ਅਤੇ ਬਾਕੀ ਇਹਦਾ ਜਿਹੜਾ ਹੋਰ ਵੀ ਜਿੰਨਾ ਵੀ ਇਹਦਾ ਜਿਹਦੀ ਵੀ ਇੰਟੈਰੋਗੇਸ਼ਨ ਆ ਇਹਦੀ ਇਨਵੈਕਟਰ ਜਦੋਂ ਸਾਡੇ ਕੋਲ ਇਹਨੂੰ ਗ੍ਰਿਫਤਾਰ ਕਰ ਲੈਂਦੇ ਹਾਂ ਇਹਦੀ ਪ੍ਰੋਪਰ ਇੰਟੈਰੋਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਕਿ 12 ਬੋਰ 'ਤੇ ਇਹਦੇ ਕੋਲ ਹੈਗੀ ਸੀ ਹੋਰ ਕਿਹੜੇ ਕਿਹੜੇ ਵੈਪਨ ਹੈਗੇ ਇਹਦੇ ਕੋਲ ਕਿੰਨੇ ਕੁ ਫਾਇਰ ਹੋਏ ਸਰ ਕਿਹੜੇ ਵੈਪਨ ਨਾਲ ਕੀਤੇ ਹਨ 12 ਬੋਰ ਦੇ ਨਾਲ ਇਹਨੇ ਫਾਇਰ ਕੀਤੇ ਨੇ ਕੋਈ ਹੋਰ ਜਿਹੜਾ ਵੈਪਨ ਆ ਅਜੇ ਉਹਦੇ ਅਸੀਂ ਉਸ ਚੀਜ਼ ਦੀ ਤਹਿਕੀਕਾਤ ਕਰ ਰਹੇ ਹਾਂ ਵੀ ਹੋਰ ਕਿਹੜਾ ਵੈਪਨ ਇਹਦੇ ਕੋਲ ਹੋ ਸਕਦਾ ਕੋਈ ਰਿਵੋਲਵਰ ਆ ਜਾਂ ਪਿਸਟਲ ਹੈਗਾ ਬਾਕੀ 12 ਬੋਰ ਦੇ ਸਾਨੂੰ ਖਾਲੀ ਰੌਂਦ ਇੱਥੇ ਕਾਫੀ ਮਿਲੇ ਇਹਨੇ ਕਾਫੀ ਜ਼ਿਆਦਾ ਫਾਇਰ ਕੀਤੇ ਔਰ ਜਿਹੜਾ ਵੀ ਇਹਦਾ ਬਾਕੀ ਦਾ ਕੋਈ ਵੈਪਨ ਇਹਦੇ ਕੋਲ ਜਿਹੜਾ ਵੀ ਕੋਈ ਗਲਤ ਜਾਂ ਨਜਾਇਜ਼ ਹਥਿਆਰ ਹੋਊਗਾ ਉਹ ਵੀ ਜਿਹੜਾ ਹੈਗਾ ਇਹਦੀ ਇੰਟਰੋਗੇਸ਼ਨ 'ਚ ਸਾਹਮਣੇ ਆ ਗਿਆ ਕੰਮ ਕੀ ਕਰਦਾ ਸੀ ਸਰ ਇਹ ਖੇਤੀਬਾੜੀ ਦਾ ਹੀ ਕੰਮ ਕਰਦਾ ਸੀਗਾ ਵੈਸੇ ਤਾਂ ਇਹ ਆਵਾਰਾ ਹੀ ਸੀ ਇਹਦਾ ਬਾਪ ਵੀ ਅਤੇ ਇਹਦੇ ਭੈਣਾਂ ਦੋ ਨੇ ਉਹਨਾਂ ਨੂੰ ਵੀ ਇਹਨੇ ਕੁੱਟ ਕੱਟ ਕੇ ਘਰੋਂ ਕੱਢਿਆ ਹੋਇਆ ਸੀਗਾ ਸੋ ਮਤਲਬ ਹੀ ਵਾਸ ਅ ਡੈਸਪਰੇਟ ਟਾਈਪ ਆਫ ਅ ਪਰਸਨ ਅਨਮੈਰਿਡ ਸੀਗਾ ਵਿਆਹ ਵੀ ਨਹੀਂ ਇਹਦਾ ਹੋਇਆ ਪਿੰਡ 'ਚ ਵੀ ਕਿਸੇ ਨਾਲ ਇਹਦਾ ਚੱਜ ਦਾ ਬੋਲਚਾਲ ਨਹੀਂ ਸੀ ਹੈਗਾ ਪਿੰਡ ਦੀ ਪੰਚਾਇਤ ਵੀ ਉਹਨਾਂ ਵੀ ਸਾਰਿਆਂ ਦੱਸਿਆ ਵੀ ਇਹਦਾ ਬਿਲਕੁਲ ਮਿਲ ਵਰਤਣ ਨਹੀਂ ਸੀਗਾ ਸੋ ਆਪਣੇ ਆਪ 'ਚ ਹੀ ਰਹਿੰਦਾ ਸੀਗਾ
ਜਿਵੇਂ ਇਹਦੀ ਸੋਚ ਜਿਹੜੀ ਆ ਉਹ ਬੜੀ ਘਟੀਆ ਜਿਹੇ ਤਰੀਕੇ ਦੀ ਸੀ। ਮਦਰ ਨੂੰ ਵੀ ਨਾਲ ਲੈ ਗਿਆ ਸਰ? ਹਾਂ, ਮਦਰ ਨੂੰ ਨਾਲ ਲੈ ਕੇ ਗਿਆ। ਅਦਰਵਾਈਜ਼ ਇਹਦੀ ਮਦਰ ਬਿਰਧ ਆ, 65 ਸਾਲਾਂ ਦੀ ਆ। ਇਹਦੇ ਫਾਦਰ ਵੀ ਜਿਹੜੇ ਹੈਗੇ ਉਹ ਵੀ ਕਾਫੀ ਬਿਰਧ ਨੇ, ਲੇਕਿਨ ਉਹਨਾਂ ਨੂੰ ਵੀ, ਭੈਣਾਂ ਨੂੰ ਵੀ, ਜਵਾਨ ਭੈਣਾਂ ਨੇ ਉਹਨਾਂ ਨੂੰ, ਫਾਦਰ ਨੂੰ ਇਹਨੇ ਕੱਲ੍ਹ ਹੀ ਕੁੱਟ ਕੇ ਘਰੋਂ ਕੱਢਿਆ। ਸਰ ਮਦਰ ਨੂੰ ਐਜ਼ ਏ ਸ਼ੀਲਡ ਯੂਜ਼ ਕਰਕੇ ਲੈ ਗਏ? ਐਸ ਐਫ ਸ਼ੀਲਡ ਹੀ ਹੈ ਸਰ। ਦੋਸ਼ੀ ਆਪਣਾ ਇੱਥੇ ਐਂਬੂਲੈਂਸ ਨੂੰ ਲੈ ਕੇ ਆਈ 108 ਨੇ ਉਹਨਾਂ, ਜਦੋਂ ਉੱਥੋਂ ਭੱਜਿਆ ਇਹਨੇ ਝੂਠ ਹੀ ਕਿਸੇ ਐਂਬੂਲੈਂਸ ਨੂੰ ਫੋਨ ਕਰਤਾ ਵੀ ਮੇਰਾ ਐਕਸੀਡੈਂਟ ਹੋਇਆ, ਅਤੇ ਉਹ ਇਹਨੂੰ ਇੱਥੇ ਲੈ ਕੇ ਆਏ ਆ। ਲੈ ਕੇ ਪਤਾ ਲੱਗਿਆ ਅਤੇ ਗੋਲੀਆਂ ਵੱਜੀਆਂ ਹੋਈਆਂ 3-4-5, ਬਾਕੀ ਉਹ ਕਨਫਰਮ ਡਾਕਟਰ ਕਰਨਗੇ ਵੀ ਕਿੰਨੀਆਂ ਗੋਲੀਆਂ ਵੱਜੀਆਂ। ਅਤੇ ਹੁਣ ਇਹਨੂੰ ਅਸੀਂ ਗਾਰਦ ਲਾ ਤੀ ਹੈ, ਇਹਨੂੰ ਰੈਫਰ ਕਰਤਾ ਉਹਨਾਂ ਨੇ ਫਰੀਦਕੋਟ ਦਾ, ਅਤੇ ਉਹ ਫਰੀਦਕੋਟ ਲੈ ਕੇ ਗਏ। ਗੋਲੀਆਂ ਕਿਵੇਂ ਵੱਜੀਆਂ ਜੀ ਇਹਨੂੰ? ਗੋਲੀਆਂ ਕ੍ਰੋਸ ਫਾਇਰਿੰਗ 'ਚ ਵੱਜੀਆਂ ਜੀ। ਕਿੰਨੇ ਕੁ ਫਾਇਰ ਇਹਦੇ ਵੱਜੇ? ਇਹਦੇ ਡਾਕਟਰ ਦੱਸਣਗੇ ਕਿੰਨੇ ਵੱਜੇ, ਦੇਖਣ ਨੂੰ ਤਾਂ ਲੱਗਦਾ 3-4। ਕੀ ਘਟਨਾ ਵੀ ਹੋਈ ਸੀ? ਘਟਨਾ ਇੱਦਾਂ ਹੋਈ ਸੀ ਵੀ ਕੱਲ੍ਹ ਕੋਈ ਕੰਪਲੇਂਟ ਆਈ ਸੀ, ਇੱਕ ਵੀ ਨੇ ਚਾਚੇ ਨੂੰ, ਚਾਚੇ ਦੀ ਤੂੜੀ ਨੂੰ ਅੱਗ ਲਾ ਤੀ ਸੀ। ਉਸ ਤੋਂ ਬਾਅਦ ਬਸ ਇਹ ਅਸਲਾ ਲੈ ਕੇ ਕੋਠੇ ਚੜ੍ਹ ਗਿਆ, ਕਹਿੰਦਾ ਚਾਚੇ ਉਹਨਾਂ ਨੂੰ ਛੱਡਣਾ ਨਹੀਂ, ਛੱਡਣਾ ਨਹੀਂ। ਉਹ ਚਾਚੇ ਨੇ ਥਾਣੇ ਕੰਪਲੇਂਟ ਕੀਤੀ, ਫੋਰਸ ਗਈ, ਉਹਨਾਂ ਨੂੰ ਵੀ ਮਾੜਾ ਚੰਗਾ ਬੋਲਿਆ, ਗਾਲਾਂ ਗੂਲਾਂ ਕੱਢੀਆਂ। ਫਿਰ ਹੋਰ ਫੋਰਸ ਆ ਗਈ, ਇਹਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਫਿਰ ਇਹਨੇ ਪੁਲਿਸ 'ਤੇ ਫਾਇਰ ਕਰਨੇ ਸ਼ੁਰੂ ਕਰਤੇ। ਨਹੀਂ, ਐਕਸੀਡੈਂਟ ਇਹਨੇ ਝੂਠ ਬੋਲਿਆ ਸਰ, ਝੂਠ ਬੋਲਿਆ, ਐਕਸੀਡੈਂਟ ਹੋ ਗਿਆ। ਉੱਥੋਂ ਭੱਜ ਗਿਆ ਜਦੋਂ ਇਹਨੇ 108 ਐਂਬੂਲੈਂਸ ਨੂੰ ਫੋਨ ਕੀਤਾ ਵੀ ਮੇਰਾ ਐਕਸੀਡੈਂਟ ਹੋ ਗਿਆ। ਸਰ ਇੱਕ ਹੋਰ ਸਪੈਸ਼ਲ ਆਪਰੇਸ਼ਨ ਫੋਰਸ ਦੀ ਕੋਈ ਆਈ ਸੀ, ਕੌਣ ਆਏ ਸੀਗੇ? ਉਹ ਸਵੈਟ ਵਾਲੇ ਸੀਗੇ ਜੀ, ਪਟਿਆਲੇ ਤੋਂ ਆਏ ਸੀ। ਹਾਂਜੀ, ਕ੍ਰੋਸ ਫਾਇਰਿੰਗ ਹੋਈ ਹੈ, ਕੋਈ ਜਾਨੀ ਨੁਕਸਾਨ? ਹਾਂ ਸਰ, ਇੱਕ ਸਾਡਾ ਕਾਂਸਟੇਬਲ ਦੀ ਡੈਥ ਹੋ ਗਈ। ਅਤੇ ਸਰ ਕੋਈ ਹੋਰ ਜ਼ਖਮੀ ਵੀ ਹੈ ਜੀ? ਹਾਂ, ਜ਼ਖਮੀ ਵੀ, ਦੋ ਜ਼ਖਮੀ ਨੇ, ਸਾਡਾ CI ਇੰਚਾਰਜ ਜ਼ਖਮੀ ਹੈ, ਅਤੇ ਇੱਕ ਸਾਡਾ ਜਿਹੜਾ ਸਾਡੀ ਹੈਗੀ ਆ ਸਪੈਸ਼ਲ ਫੋਰਸ ਆ ਜਗਰਾਓਂ ਦੀ, ਉਹਦਾ ਇੱਕ ਮੁੰਡਾ ਜ਼ਖਮੀ। ਗੁਰਵਿੰਦਰ ਸਰ ਅਰੈਸਟ 'ਚ ਹੋ ਤੁਹਾਡੇ ਗ੍ਰਿਫਤਾਰੀ? ਹਾਂਜੀ ਹਾਂਜੀ ਹਾਂਜੀ, ਸਾਡੀ ਨਿਗਰਾਨੀ ਹੇਠ ਹੈ। ਸਰ ਇਹਦੀ ਮਾਤਾ ਵੀ ਇੱਥੇ ਬੈਠੀ, ਉਹਨੂੰ ਵੀ ਹਿਰਾਸਤ 'ਚ ਲੈ ਲਿਆ? ਨਹੀਂ, ਹਜੇ ਨਹੀਂ, ਉਹਨੂੰ ਨਹੀਂ ਅਜੇ। ਇਹ ਮਾਤਾ ਨੂੰ ਲੈ ਕੇ ਨਾਲ ਨਿਕਲਿਆ ਸੀ? ਹਾਂ, ਮਾਤਾ ਨੂੰ ਲੈ ਕੇ ਨਾਲ। ਕਿੰਨੇ ਕੁ ਵਜੇ ਦੀ ਘਟਨਾ? ਇਹ ਜਦੋਂ ਨਿਕਲਿਆ ਸਵੇਰੇ, ਇਹ 4 ਵਜੇ ਦੇ ਆਸ ਪਾਸ ਦੀ ਗੱਲ ਹੈ। ਇੱਥੇ ਹਸਪਤਾਲ ਕਿੰਨੇ ਵਜੇ ਪੁੱਜਿਆ? ਇਹ ਹਸਪਤਾਲ ਹੁਣ ਤੋਂ ਘੰਟਾ ਕੁ ਪਹਿਲਾਂ। ਜਦੋਂ ਕ੍ਰੋਸ ਫਾਇਰਿੰਗ ਚੱਲ ਰਹੀ ਸੀ, ਜਦੋਂ ਗੋਲੀਆਂ ਵੱਜੀਆਂ ਕ੍ਰੋਸ, ਉਦੋਂ ਤਾਂ ਫਾਇਰਿੰਗ ਰੁਕੀ ਹੋਈ ਸੀ, ਸਾਨੂੰ ਸੀ ਵੀ ਅਸੀਂ ਚਾਨਣ ਚੜ ਜਾਵੇ ਤੇ ਫਿਰ ਇਹਨੂੰ ਫੜਾਂਗੇ। ਤਾਰ ਹੋਤੇ ਹੈ, ਦੇਖੇ ਆਪਣੀ ਆਂਖੋਂ ਕੇ ਸਾਹਮਨੇ, 3 ਘੰਟੇ ਮੇ ਹਰ ਸਮੱਸਿਆ ਕਾ ਹੱਲ ਪਾਓ। ਸਾਥ ਇਲਮੋ ਕੇ ਮਾਹਿਰ ਮੌਲਾਨਾ ਇਕਬਾਲ ਖਾਨ, ਮੇਰੇ ਕੀਏ ਕੋ ਕੋਈ ਕਾਟ ਨਹੀਂ ਸਕਤਾ, ਕਾਟਨੇ ਵਾਲੇ ਕੋ ਮੂੰਹ ਮਾਂਗਾ ਇਨਾਮ। ਪਰੇਸ਼ਾਨੀ ਜੈਸੇ ਮਨ ਚਾਹਾ ਪਿਆਰ, ਪਤੀ ਪਤਨੀ ਮੇ ਅਨਬਨ, ਕਾਲੇ ਜਾਦੂ ਸੇ ਖਾਤਮਾ, ਬਿਮਾਰੀ ਮੇ ਦਵਾ ਕਾ ਨਾ ਲਗਨਾ, ਵਸ਼ੀਕਰਨ ਕਰਵਾਓ, ਲੋਟਰੀ ਨੰਬਰ ਪਾਓ, ਧੋਖੇਬਾਜ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਨ ਕੋ ਆਪਣੀ ਆਂਖੋਂ ਕੇ ਸਾਹਮਨੇ ਤੜਫਤਾ ਦੇਖੇ, ਪ੍ਰੇਮੀ ਪ੍ਰੇਮਿਕਾ ਕੋ ਮਿਲਵਾਨਾ ਹੋ, ਸੌਤਨ ਦੁਸ਼ਮਨ ਸੇ ਛੁਟਕਾਰਾ, ਵਿਦੇਸ਼ ਯਾਤਰਾ ਮੇ ਰੁਕਾਵਟ, ਮਾਤਾ ਪਿਤਾ ਕੋ ਮਨਾਨਾ ਹੋ, ਸੰਪਰਕ ਕਰੋ ਮੋਬਾਈਲ ਨੰਬਰ 8968589720734755717173।